ਅੱਜ ਫੇਰ ਨਹੀਂ ਕੰਮ ਵਾਲੀ ਆਈ ਹੈ, ਛੁੱਟੀ ਕਰ ਲਈ। ਪਹਿਲਾਂ 10 ਵਜੇ ਬੰਦਾ ਤੇ ਪਤਾ ਲੱਗ ਜਾਂਦਾ। ਮੈਂ ਆਪਦੇ ਹਿਸਾਬ ਨਾਲ ਉੱਠੀ ਸੀਗੀ, ਹੁਣ ਮੁੰਡੇ ਨੂੰ ਤਿਆਰ ਕਰਕੇ ਭੇਜਿਆ ਵਾ ਤੇ ਹੁਣ ਮੈਨੂੰ ਟੈਨਸ਼ਨ ਪਈ ਵੀ ਉਹ 12 ਵਜੇ ਲੈਣ ਵਾਲੀ ਆ ਜੂਗੀ ਕਿ ਨਹੀਂ ਆ ਜੂਗੀ। ਗੱਲ ਸੁਣੋ ਮੇਰੀ, ਇੱਕ ਤਾਂ ਮੈਂ ਬਗਾਨੀ ਦੇ ਉੱਤੇ ਬੱਚੇ ਨੂੰ ਛੱਡਿਆ ਹੋਇਆ, ਮੈਨੂੰ ਸਗੋਂ ਆਪ ਟੈਨਸ਼ਨ ਹੁੰਦੀ ਹੈ ਕਿ ਪਤਾ ਨਹੀਂ ਕਿੱਦਾਂ ਦਾ ਪਿੱਛੋਂ ਸਲੂਕ ਕਰਦੀ ਹੁੰਦੀ ਹੈ ਕਿੱਦਾਂ ਦਾ ਨਹੀਂ। ਇਦੋਂ ਚੰਗਾ ਕਿ ਤੁਸੀਂ ਆਉਂਦੇ ਹੋ ਮੰਮੀ ਨੂੰ ਲੈ ਆਇਓ। ਅੱਜ ਤੂੰ ਤਾਂ ਆਪ ਤਾਂ ਮੈਨੂੰ ਮਨਾ ਕੀਤਾ ਸੀਗਾ ਵੀ ਮੰਮੀ ਨੂੰ ਇੱਥੇ ਨਹੀਂ ਲੈ ਕੇ ਆਉਣਾ ਹੈਗਾ, ਐਵੇਂ ਗੰਦ ਪਾਉ ਘਰ ਦੇ ਵਿੱਚ। ਮੈਂ ਤਾਂ ਇੰਨਾ ਦਿਮਾਗ ਤੇ ਲੋੜ ਪੈਂਦਾ, ਮੈਂ ਕਿਹਾ ਦੇਖੀ ਮੇਰੇ ਪੁੱਤ ਨੇ ਮੈਨੂੰ ਕਦੇ ਚੇਤੇ ਨਹੀਂ ਕੀਤਾ। ਮੇਰੇ ਇੰਨਾ ਮਨ ਨੂੰ ਆਈ ਜਾਂਦਾ ਵਾ ਵੀ ਮੈਂ ਤਾਂ ਪੋਤਿਆਂ ਦਾ ਵੀ ਮੂੰਹ ਦੇਖਣ ਨੂੰ ਤਰਸੀ ਪਈ ਆ। ਚੱਲ ਯਾਰ ਇੰਨਾ ਟਾਈਮ ਹੋ ਗਿਆ, ਕਿੰਨਾ ਟਾਈਮ ਵੇਸਟ ਕਰਦੀ ਯਾਰ। चलो चलो जल्दी करो, आज फिर नहीं काम वाली आई है, छुट्टी कर ली। पहला 10 बजे बंदा तेरे पता लग जाता। मैं आपके हिसाब नाल उठी सीगी, हुण मुंडे नूं तैयार करके भेजिया वा ते हुण मैनूं टेंशन पई पई है भी 12 बजे लैण वाली आ जूगी कि नहीं आ जूगी। यार तू सारा काम वाली ते क्यों छड्डदी है, तू भी तो टाइम नाल उठिया कर। तेरे चक्कर ते फिर लेट हो गए। हुण कदों मैं तैनूं छड्डूंगा, कदों मैं आपदा काम ते जाऊंगा। ਤੁਹਾਨੂੰ ਤਾਂ ਆਪਣੇ ਕੰਮ ਦੀ ਪਈ ਆ, ਤੁਸੀਂ ਮੇਰੇ ਬਾਰੇ ਤਾਂ ਸੋਚਦੇ ਨਹੀਂ ਕਿ ਇਹ ਤੁਹਾਨੂੰ ਪਤਾ ਨਹੀਂ ਹੈ ਕੰਮ ਵਾਲੀ ਰੱਖਣੀ ਜ਼ਰੂਰੀ ਆ। ਮੁੰਡੇ ਕਰਕੇ ਰੱਖੀ ਹੋਈ ਆ ਮੈਂ ਵੀ, ਦੁਪਹਿਰ ਵੇਲੇ ਉਹ ਰਿਸੀਵ ਕਰ ਲੈਂਦੀ ਹੈ ਬੱਚੇ ਨੂੰ। ਗੱਲ ਸੁਣੋ ਮੇਰੀ, ਇੱਕ ਤਾਂ ਮੈਂ ਬਗਾਨੀ ਦੇ ਉੱਤੇ ਬੱਚੇ ਨੂੰ ਛੱਡਿਆ ਹੋਇਆ, ਮੈਨੂੰ ਸਗੋਂ ਆਪ ਟੈਨਸ਼ਨ ਹੁੰਦੀ ਹੈ ਵੀ ਪਤਾ ਨਹੀਂ ਕਿੱਦਾਂ ਦਾ ਪਿੱਛੋਂ ਸਲੂਕ ਕਰਦੀ ਹੁੰਦੀ ਹੈ ਕਿੱਦਾਂ ਦਾ ਨਹੀਂ। ਇਦੋਂ ਚੰਗਾ ਕਿ ਤੁਸੀਂ ਆਉਂਦੇ ਹੋ ਮੰਮੀ ਨੂੰ ਲੈ ਆਇਓ। ਅੱਜ ਮੰਮੀ ਲੈ ਆਈਏ, ਤੂੰ ਤਾਂ ਆਪ ਤਾਂ ਮੈਨੂੰ ਮਨਾ ਕੀਤਾ ਸੀਗਾ ਵੀ ਮੰਮੀ ਨੂੰ ਇੱਥੇ ਨਹੀਂ ਲੈ ਕੇ ਆਉਣਾ ਹੈਗਾ, ਐਵੇਂ ਗੰਦ ਪਾਉ ਘਰ ਦੇ ਵਿੱਚ। ਅੱਜ ਤੂੰ ਕਹਿੰਦੀ ਮੰਮੀ ਲੈ ਆਈਏ। ਹੁਣ ਮੇਰੀ ਮਜਬੂਰੀ ਆ, ਤੁਹਾਨੂੰ ਸਾਰਾ ਪਤਾ ਵਾ ਚੰਗਾ ਭਲਾ ਕਿ ਬਗਾਨੇ ਦੇ ਤੇ ਕੀ ਯਕੀਨ ਕਰੀਏ ਆਪਾਂ। ਉਹ ਆਪਣੇ ਆਪ ਸੰਭਾਲੂਗੀ, ਕਮ ਸੇ ਕਮ ਦਿਮਾਗ ਨੂੰ ਤਾਂ ਇਹ ਟੈਨਸ਼ਨ ਰਹੂਗੀ ਕਿ ਮੇਰਾ ਬੱਚਾ ਕਿਸੇ ਹੋਰ ਕੋਲ ਛੱਡਿਆ ਹੋਇਆ ਵਾ। ਚਲ ਠੀਕ ਆ ਲੈ ਆਉਂਗਾ, ਚਲ ਚਲੀਏ ਨਿਕਲ ਜਲਦੀ ਕਰ, ਬਹੁਤ ਲੇਟ ਆਪਾਂ। ਮੰਮੀ। ਹਾਂ ਮੰਮੀ। ਹਾਂ ਹਾਂ ਆ ਜਾ ਰਾਣੇ। ਹਾਂ ਹੋਰ ਮੰਮੀ ਪੈਰੀ ਵੱਲ ਤੇਰੀ ਕਿਉਂ, ਤੈਨੂੰ ਕਿਵੇਂ ਯਾਦ ਆ ਗਈ ਅੱਜ? ਮੈਨੂੰ ਯਾਦ ਆਉਣੀ ਸੀ, ਮੈਂ ਕਿਹਾ ਮਾਂ ਨੂੰ ਮਿਲਿਆ ਕਿੰਨਾ ਚਿਰ ਹੋ ਗਿਆ। ਤਾਂ ਜਮਾ ਹੀ ਬਸ ਮਾਂ ਨੂੰ ਮਾਰ ਮਕਾ ਤਾਂ ਜਮਾ ਹੀ ਨਹੀਂ ਯਾਦ ਕੀਤਾ ਕਦੇ ਵੀ। ਨਹੀਂ ਨਹੀਂ ਇਦਾਂ ਦੀ ਕਿਹੜੀ ਗੱਲ ਆ, ਤੈਨੂੰ ਪਤਾ ਮੇਰਾ ਕਿੰਨਾ ਮਨ ਤੇਰੇ ਲਈ ਤੜਫਦਾ ਵਾ। ਇੰਨਾ ਮੈਨੂੰ ਯਾਦ ਆਉਣਾ ਤੂੰ ਬਹੁਤ ਜ਼ਿਆਦੇ। ਮੰਮੀ ਸਾਨੂੰ ਵੀ ਤੂੰ ਯਾਦ ਆਉਣੀ ਆ, ਇਦਾਂ ਦੀ ਕਿਹੜੀ ਗੱਲ ਆ। ਮੈਂ ਕਿਹਾ ਬਹੁਤ ਚਿਰ ਹੋ ਗਿਆ ਜਿਹੜਾ ਗੇੜਾ ਹੀ ਨਹੀਂ ਮਾਰਿਆ ਹੈਗਾ। ਹੋਰ ਬਸ ਮੰਮੀ ਤੈਨੂੰ ਪਤਾ ਹੀ ਆ ਕੰਮਕਾਰ, ਹੁਣ ਘਰ ਵਾਲੇ ਵੀ ਕੰਮ ਤੇ ਜਾਂਦੀ ਆ, ਮੈਂ ਵੀ ਕੰਮ ਤੇ ਜਾਣਾ ਵਾ, ਟਾਈਮ ਹੀ ਨਹੀਂ ਲੱਗਦਾ। ਰਾਤ ਨੂੰ ਆਈਦਾ ਵਾਪਸ, ਫੋਨ ਫਾਨ ਕਰਾਉਣੀ ਕੋਈ ਫੋਨ ਹੀ ਨਹੀਂ ਚੱਕਦਾ। ਫੋਨ ਮੰਮੀ ਆਫਿਸ ਦੇ ਵਿੱਚ ਬੰਦ ਕਰ ਦਿੰਦੇ ਆ ਨਾ, ਆਫਿਸ 'ਚ ਫੋਨ ਚੱਕਣ ਨਹੀਂ ਦਿੰਦੇ ਹੈਗੇ। ਫਿਰ ਰਾਤ ਨੂੰ ਲੇਟ ਆਈ ਤਾਂ ਫਿਰ ਇਹ ਹੁੰਦਾ ਚੱਲ ਸਵੇਰੇ ਤੜਕੇ ਉੱਠਣਾ, ਮੈਂ ਸੋ ਜਾਈਏ ਜਲਦੀ ਜਲਦੀ, ਤਾਂ ਫਿਰ ਫੋਨ ਕਰਨ ਦਾ ਵੀ ਤਾਂ ਟਾਈਮ ਟੂਮ ਨਹੀਂ ਲੱਗਦਾ ਹੈਗਾ। ਮੈਂ ਤਾਂ ਇੰਨਾ ਦਿਮਾਗ ਤੇ ਲੋੜ ਪੈਂਦਾ, ਮੈਂ ਕਿਹਾ ਦੇਖੀ ਮੇਰੇ ਪੁੱਤ ਨੇ ਮੈਨੂੰ ਕਦੇ ਚੇਤੇ ਨਹੀਂ ਕੀਤਾ। ਮੇਰੇ ਇੰਨਾ ਮਨ ਨੂੰ ਆਈ ਜਾਂਦਾ ਵਾ, ਮੈਂ ਤਾਂ ਪੋਤੇ ਦਾ ਵੀ ਨਹੀਂ ਮੂੰਹ ਦੇਖਿਆ ਚੱਜ ਨਾਲ, ਉਹਨੂੰ ਦੇਖਣ ਨੂੰ ਵੀ ਤਰਸੀ ਪਈ ਆ। ਚੱਲ ਕੋਈ ਨਹੀਂ, ਮੈਂ ਹੁਣ ਇਹੀ ਚੀਜ਼ ਦਾ ਤਾਂ ਹੱਲ ਕਰਨ ਆਇਆ ਮੰਮੀ। ਅਸੀਂ ਵੀ ਹੁਣ ਇਹ ਸੋਚਿਆ ਕਿ ਇੱਥੋਂ ਤੈਨੂੰ ਲਿਆ ਕੇ ਆਪਣੇ ਨਾਲ ਹੀ ਰੱਖੀਏ, ਸਾਡਾ ਵੀ ਨਹੀਂ ਸਰਦਾ, ਸਾਨੂੰ ਵੀ ਤੇਰੀ ਯਾਦ ਆਉਂਦੀ ਆ। ਮੁੜ ਕੇ ਫਿਕਰ ਰਹਿੰਦੀ ਆ ਸਾਨੂੰ ਤੇਰੀ ਵੀ ਸਾਡੀ ਮਾਂ ਪਤਾ ਨਹੀਂ ਕਿੱਦਾਂ ਹੋਣੀ ਆ ਕਿੱਦਾਂ ਨਹੀਂ, ਕੋਈ ਬਿਮਾਰ ਉਠਵਾਰ ਹੁੰਦੀ ਆ, ਕੌਣ ਦੇਖਣ ਵਾਲਾ ਤੈਨੂੰ ਇੱਥੇ। ਤੂੰ ਸਾਡੇ ਨਾਲ ਹੀ ਰਹਿ ਉੱਥੇ ਜਾ ਕੇ। ਪਤਾ ਪਤਾ ਆਪਾਂ ਇਹ ਘਰ-ਬਾਰ ਕਿਵੇਂ ਛੱਡ ਕੇ ਮੈਂ ਚਲੀ ਜਾਵਾਂ, ਹੁਣ ਤੇਰੇ ਬਾਪ ਦੀਆਂ ਯਾਦਾਂ ਨੇ, ਇਹ ਕਿਵੇਂ ਛੱਡ ਕੇ ਜਾਊਂਗੀ ਮੈਂ। ਮੰਮੀ ਤੂੰ ਐਵੇਂ ਨਾ ਸੋਚ, ਘਰ-ਬਾਰ ਦਾ ਕੋਈ ਚੱਕਰ ਨਹੀਂ, ਸਾਡੇ ਕੋਲ ਉੱਥੇ ਬਹੁਤ ਵਧੀਆ ਘਰ ਹੈਗਾ ਵਾ, ਸਭ ਕੁਝ ਵਧੀਆ ਵਾ। ਪਤਾ ਕੀ ਗੱਲ ਆ, ਜਿਹੜਾ ਇਹ ਘਰ ਆਪਣਾ, ਇਹਨੂੰ ਆਪਾਂ ਕਿਰਾਏ ਤੇ ਦੇ ਦਾਂਗੇ, ਨਾਲੇ ਦੋ ਪੈਸੇ ਹੋਣਗੇ, ਨਾਲੇ ਖਰਚਾ ਨਿਕਲੂਗਾ। ਹੋਰ ਇਦਾਂ ਤਾਂ ਜਾਣਾ ਪੁੱਤ ਮੇਰਾ ਮੁਸ਼ਕਲ ਆ। ਮੰਮੀ ਮੁਸ਼ਕਲ ਕੁਛ ਨਹੀਂ ਹੈਗਾ, ਦੇਖ ਸਾਨੂੰ ਪਤਾ ਕਿੰਨੀ ਫਿਕਰ ਰਹਿੰਦੀ ਤੇਰੀ, ਕੱਲ ਨੂੰ ਤੂੰ ਬਿਮਾਰ ਠਮਾਰ ਹੋਣੀ ਆ, ਕੋਈ ਤੈਨੂੰ ਦਵਾਈ ਬੂਟੀ ਨੂੰ ਕੌਣ ਹੈ ਇੱਥੇ ਬੰਦਾ। ਸਾਨੂੰ ਤਾਂ ਉੱਥੇ ਫਿਕਰ ਰਹਿੰਦੀ ਆ, ਉਹ ਲਾਪਰੀ ਦੀ ਫਿਕਰ ਕਰਦੀ ਰਹਿੰਦੀ, ਮੈਂ ਹੀ ਫਿਕਰ ਕਰਦਾ ਰਹਿਣਾ ਵਾ। ਇਸ ਲਈ ਤੂੰ ਮੇਰੀ ਗੱਲ ਮੰਨ, ਤਿਆਰ ਹੋ, ਕੱਪੜੇ ਪਾ, ਚੱਲੀਏ, ਤੂੰ ਸਾਡੇ ਨਾਲ ਚੱਲ ਬਸ ਉੱਥੇ। ਮੰਮੀ ਹੁਣ ਕੀ ਸੋਚਣ ਲੱਗ ਗਈ ਤੂੰ ਫਟਾਫਟ ਤਿਆਰ ਹੋ, ਮੈਂ ਤਾਂ ਤਾਏ ਦੇ ਘਰ ਜਾ ਕੇ ਆਇਆ, ਫਿਰ ਤੈਨੂੰ ਲੈ ਕੇ ਜਾਣਾ ਮੈਂ, ਠੀਕ ਆ। ਕੱਪੜੇ ਕੋੜੇ ਪਾ ਫਟਾਫਟ, ਸਾਰੇ ਕੱਪੜੇ ਕੋੜੇ ਕਰ ਲਾ ਸੈੱਟ। ਆਏ ਰੱਬਾ ਚੰਗਾ ਮੇਰੇ ਪੁੱਤ ਨੇ ਮੈਨੂੰ ਚੇਤੇ ਕੀਤਾ। ਚਲੋ ਹੁਣ ਮੈਂ ਪੁੱਤ ਕੋਲ ਚਲੇ ਜਾਊਂਗੀ, ਜੇ ਲੈ ਜਾਊਗਾ ਮੈਨੂੰ ਨਾਲ, ਉੱਥੇ ਵਧੀਆ ਖੁਸ਼ ਰਹੂੰਗੀ, ਵਧੀਆ ਟਾਈਮ ਪਾਸ ਹੋਊਗਾ ਮੇਰਾ ਵੀ। ਜਿਹੜਾ ਇੰਨਾ ਮਨ ਦੇ ਵਿੱਚ ਚਿੰਤਾ ਰਹਿੰਦੀ ਆ, ਫਿਕਰ ਰਹਿੰਦੀ ਆ, ਉਹ ਦੂਰ ਹੋਊਗਾ। ਕਿ ਮੈਂ ਤਾਂ ਪੁੱਤ ਦਾ ਮੂੰਹ ਦੇਖਣ ਨੂੰ ਤਰਸੀ ਪਈ ਸੀ, ਸ਼ੁਕਰ ਹੈ ਜਿਹਨੇ ਮੈਨੂੰ ਯਾਦ ਕੀਤਾ ਅੱਜ। ਉਹ ਵਾਹ ਵੀ ਵਾਹ, ਕੀ ਹਾਲ ਚਾਲ ਆ? ਵਧੀਆ ਵਧੀਆ, ਬਸ बैठना की है, मैं कल गेड़ा मारा मैं और ताए होने कितने पापे होने गए हुए सी इधर यार पिंड च गए हुए सी। अच्छा अच्छा कदों कौन गए? मैं चल तुम मिलया मां आया सी अज मैं टाइम जब तो लगदा ही यार काम कर दे विच इदा गल है और तू बड़ी देर बाद गेड़ा मारे। ਉਹੀ ਤਾਂ मैं दस रहा यार टाइम ही नहीं लगता काम कार ही ਹੁਣ हिसाब ਦੇ ਚੱਲਦੇ ਆ ਅੱਜ ਕੱਲ बड़ा ਔਖਾ ਹੋਇਆ ਪਿਆ ਕੰਮ ਕਰਨ ਦਾ। बस ਹੋਰ आया बैठ कोई नहीं ਫੇਰ ਮਾਰੂੰਗੇ ਏਡਾ। मैं तो मम्मी ਲੈਣ ਆਇਆ ਸੀਗਾ। ਠੀਕ ਆ सब कुछ ਸੁੱਖ ਸਾਂਦਾ ਕੀ हो गया? हाँ नहीं होया नहीं कुछ भी ਮੈਨੂੰ ਇਹ ਸੀ मैं ਕਿਹਾ ਚੱਲ ਮੰਮੀ ਇੱਥੇ ਕੱਲੀ ਰਹਿੰਦੀ ਆ। अच्छा ਵੀ ਚੱਲ मैं ਆਪਣੇ ਉੱਥੇ ਕੋਲੇ ਰੱਖੂੰਗਾ ਤਾਂ ਵਧੀਆ ਨਾਲੇ ਦੇਖਭਾਲ ਹੋ ਜਾਂਦੀ। ਪਤਾ ਕਿ ਇੱਥੇ ਨਾਲ ਕੱਲੀ ਸਾਨੂੰ ਫਿਕਰ ਰਹਿੰਦੀ ਆ ਤੇ ਉਹ ਵੀ ਫਿਕਰ ਕਰਦੀ ਰਹਿੰਦੀ ਆ ਤਾਂ ਫਿਰ मैं सोचा हाँ चल अपने को लैके जाना तो उत्थे ठीक रहूगी। फिर इतने घर घुर का की करना? घर का की है मैं सोचा चल किराए तो चढ़ दिने भी नाले कुछ ना कुछ आमदन हो जाऊगी। इदा भी इतने की है इतने मम्मी तो रही कली या फिर बेच देंगे मम्मी हम साढ़े को रहूगी उत्थे। अच्छा वैसे तो देखभाल है कोई चक्कर नहीं एडा। वै मेरे भी है एक दो बंदे देख लेंगे रेंट दे दूंगा। हाँ चल कोई भी हाँ दे दी ठीक है। चल कोई नहीं फिर मारूंगे ठीक है ਹੁਣ ਤਾਏ ਹੁਣੇ ਹੈ ਨਹੀਂ ਫੇਰ ਮਾਰੂ ਗੇੜਾ ਜਿੱਦਾਂ ਵੀ ਲੱਗੂਗਾ। ਹੁਣ ਤਾਂ ਚੱਲਿਆ ਮੈਂ ਤੇ ਮੰਮੀ ਨੂੰ ਲੈ ਕੇ ਆ ਤਾਂ ਹੀ ਚੱਲ ਮਿਲਿਆ। ਠੀਕ ਆ ਮਾਰ ਜੇ ਗੇੜਾ ਕੋਈ। ਚੱਲ ਠੀਕ ਆ ਓਕੇ ਠੀਕ। ਅੱਗੇ ਤਾਂ ਕਿਤੇ ਮੰਮੀ ਦਾ ਖਿਆਲ ਨਹੀਂ ਆਇਆ ਹੁਣ ਬੜਾ ਮੰਮੀ ਮੰਮੀ ਕਰਦੇ। ਕੋਈ ਲੱਗਦੀ ਆ ਗੱਲਬਾਤ ਮਤਲਬ ਨੂੰ ਹੀ ਆਇਆ ਹੋਣਾ ਬਸ ਹੋਰ ਕੀ ਆ। ਚੱਲ ਮੰਮੀ ਫਿਰ ਪਲੇਟ ਨਾ ਕਰੀਏ ਜਲਦੀ ਪਹੁੰਚੀ। ਚੱਲ ਠੀਕ ਆ ਚਲਾ। ਉਹ ਕਿੱਧਰ ਗਏ? ਆ ਦੇਖੋ ਮੰਮੀ ਆਈ ਆ। ਮੰਮੀ ਆ ਦੇਖੋ ਕੌਣ ਆਇਆ? ਉਹ ਠੀਕ ਆ ਮੰਮੀ? ਹਾਂ ਠੀਕ ਹੈ ਸੱਚ ਦੀ ਗੱਲ। ਗੁੱਗੂ ਹੂੰ ਦਾਦਾ ਜੀ ਤੂੰ ਹੂੰ ਬੱਚੋ ਦਾਦੀ ਜੀ ਨੂੰ ਯਾਦ ਕਰਦਾ ਸੀ। ਭੋਗ ਖਾਂਦਾ ਸੀ? ਅੱਛਾ ਭੋਗ ਬਣਵਾਇਆ ਜਿੱਦ ਕਰਦਾ ਸੀ ਕਹਿੰਦਾ ਮੈਂ ਭੋਗ ਖਾਣਾ ਵਾ। ਬੱਚਿਆਂ ਦਾ ਫਿਰ ਇਹੀ ਤਾਂ ਹੁੰਦਾ ਹਾਂ ਪੁੱਤ। ਦਾਦੀ ਨੂੰ ਮਿਲ ਕੇ ਤਾਂ ਬਹੁਤ ਖੁਸ਼ ਹੋ ਗਿਆ ਹਨਾ। ਹੋਰ ਹਾਏ ਹਾਏ मैं भी तरसी पई सी पुत तेन लो खा ला हुण भोग कोई ना। चल मम्मी आओ अंदर आओ अंदर बैठो। मम्मी अंदर आओ बैठो। अरे बैग चलो तेन पड़े रख ले पुत और खा भोग लो। मैं दादी लई चाह ले आवां ठीक है नाले पानी ठीक है। हां चल मम्मी हुण तेरा अपना घर आ इत्थे रहना हुण ठीक है ना? कोई नहीं ठीक है आ कच्चू बच्चियां नाल खेलना वा ना भी। दादी ने कितना मसा मसा मिलया है बहुत देर हो गया मसा देखिया मैं तो चीज कर ले भाई जन्ना तू है। दादी ने पूछी नहीं दादी ने दे गंदे बच्चे दे दो दादी दे दो तो देरी होती है। नहीं नहीं तो खा ला मम्मा ले गया होगी खा लो तो बच्चा मेरा। चलो मम्मी और ठीक ठाक हो सी मम्मी? ठीक ठाक आ और तुसी दसो कि मैं कामकार सेहत ठीक है मम्मी इसका सारे काम कार भी वधिया वधिया चाहिए। मैं तो बहुत चरदी कहंदी सी कि मैं तो मिलने नु तरसी पई सी थानू। अच्छा मैं भी ना ताई क्या मैं कहा मम्मी उत्ते कल्ले ने मम्मी नु उरे ही ले आओ। इतना इतनी याद आउंदी सी मैं कहा मैनू तो भुल गए। नहीं मम्मी भुले तां नहीं मैं तो जवाक दा मूंह देखण नु तरसी पई सी ਇੰਨੀ ਬਰਾਗੀ ਪਈ ਸੀ ਇਹਨੂੰ ਮਿਲਣ ਨੂੰ। ਇਹ ਤਾਂ ਆਪ ਦਾਦੀ 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 ਕਰਦਾ ਰਹਿੰਦਾ ਸਾਰਾ ਦਿਨ ਇਹਦਾ ਕਿਹੜਾ ਜੀ ਲੱਗਦਾ ਵਾ। ਜੀ ਕਿੱਥੇ ਲੱਗਣਾ ਹੁਣ ਮੈਂ ਵੀ ਕੰਮ ਜੁਆਇਨ ਕਰ ਲਿਆ ਨਾ। ਅੱਛਾ ਚੱਲ ਵਧੀਆ ਹੁਣ ਮੈਂ ਵੀ ਕੰਮ ਤੇ ਜਾਣ ਲੱਗੀ ਫਿਰ ਇਹ ਇਕੱਲਾ ਹੁੰਦਾ ਇਹਦਾ ਜੀ ਨਹੀਂ ਲੱਗਦਾ ਤਾਂ ਹੀ। ਚਲੋ ਬੈਠੋ ਮੰਮੀ ਤੁਸੀਂ ਮੈਂ ਚਾਹ ਲੈ ਕੇ ਆਉਣੀ ਹੈ। ਚਲ ਮੈਂ ਵੀ ਯਾਰ ਜਾ ਕੇ ਆਉਣਾ ਮੜਾ ਮਾਰਕੀਟ ਜਾ ਆਇਓ ਚਾਹ ਪੀ ਲੈਂਦੇ ਪਹਿਲਾਂ। ਮੈਂ ਨਹੀਂ ਚਾਹ ਪੀਣੀ ਮੰਮੀ ਚਾਹ ਦੇ ਖਾਣ ਨੂੰ ਦੇ ਰੋਟੀ ਰੱਖ ਕੇ ਦੇ ਮੰਮੀ ਨੂੰ ਠੀਕ ਆ। ਚਲੋ ਠੀਕ ਆ ਹਾਂ ਚੰਗਾ।